ਜੇਕਰ ਜ਼ਿਲ੍ਹਾ ਗੁਰਦਾਸਪੁਰ ਅਤੇ ਹਲਕਾ ਡੇਰਾ ਬਾਬਾ ਨਾਨਕ ਦੀ ਗੱਲ ਕੀਤੀ ਜਾਵੇ ਤਾਂ ਸਰਕਾਰ ਵੱਲੋਂ ਹਰ ਵਾਰੀ ਇਹ ਗੱਲ ਰਿਪੀਟ ਕੀਤੀ ਜਾਂਦੀ ਆ ਵੀ ਨਾੜ ਦੇ ਪਰਾਲੀ ਨੂੰ ਅੱਗ ਨਾ ਲਾਈ ਜਾਵੇ। ਇੰਨਾ ਕੁਝ ਹੋਣ ਦੇ ਬਾਵਜੂਦ ਵੀ ਸਾਡੇ ਕਿਸਾਨ ਜਿਹੜੇ ਆ ਇਸ ਗੱਲ ਨਹੀਂ ਸਮਝ ਰਹੇ। ਕਿਸਾਨ ਅੱਜ ਵੀ ਨਾੜ ਨੂੰ ਅੱਗ ਲਾਈ ਜਾ ਰਿਹਾ, ਨਾੜ ਨੂੰ ਅੱਗ ਲਾਉਣ ਦੇ ਨਾਲ ਕਈ ਥਾਈਂ ਟਰਾਲੀਆਂ ਸੜੀਆਂ ਨੇ, ਕਈ ਥਾਈਂ 100-150 ਟਰਾਲੀ ਬਣੀ ਜਿਹੜੀ ਉਹ ਸੜੀ ਹੈ ਤੂੜੀ ਦੀ। ਜੇ ਡੰਗਰਾਂ ਦੀ ਗੱਲ ਕੀਤੀ ਜਾਵੇ ਤਾਂ ਇਹ ਵੀ ਪ੍ਰੋਬਲਮ ਕ੍ਰੀਏਟ ਹੋਈ ਹੈ ਕਿ ਡੰਗਰ ਵੀ ਸੜ ਚੁੱਕੇ ਨੇ। ਅੱਜ ਅਸੀਂ ਇਹਨਾਂ ਕਿਸਾਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਜਿਹੜੀ ਆਪਾਂ ਨਾੜ ਨੂੰ ਅੱਗ ਲਾਈ ਜਾ ਰਹੀ ਆ, ਕੀ ਇਹ ਗੱਲ ਚੰਗੀ ਆ? ਜੇ ਚੰਗੀ ਹੈ ਤਾਂ ਆਪਣਾ ਪੱਖ ਰੱਖਣ, ਅਤੇ ਜੇ ਮਾੜੀ ਹੈ ਤਾਂ ਉਸ ਬਾਰੇ ਨਾਲ ਗੱਲਬਾਤ ਕਰਾਂਗੇ ਵੀ ਜੇ ਨਾੜ ਨੂੰ ਅੱਗ ਲਾ ਰਹੇ ਹਾਂ ਕੀ ਇਹਨਾਂ, ਵੇਖੋ ਕਈ ਜੀਵ ਜੰਤੂਆਂ ਦਾ ਨੁਕਸਾਨ ਹੋ ਰਿਹਾ ਵਾ, ਕਈ ਪਸ਼ੂ ਧੁੱਸੇ ਜਾ ਰਹੇ ਆ, ਕਈਆਂ ਘਰਾਂ ਨੁਕਸਾਨ ਹੋਇਆ ਵਾ, ਕਈ ਥਾਂ ਬੰਨੇ ਵੀ ਧੁੱਸ ਚੁੱਕੇ ਆ। ਅੱਜ ਕਿਸਾਨਾਂ ਨਾਲ ਗੱਲਬਾਤ ਕਰ ਰਹੇ ਹਾਂ, ਡੇਰਾ ਬਾਬਾ ਨਾਨਕ ਆਪਾਂ ਤਹਿਸੀਲ ਦੇ ਵਿੱਚ ਪਹੁੰਚ ਚੁੱਕੇ ਹਾਂ, ਆਪਾਂ ਕਿਸਾਨਾਂ ਨਾਲ ਗੱਲ ਕਰਦੇ ਹਾਂ ਕਿ ਇਸ ਬਾਰੇ ਕੀ ਕਹਿਣਾ ਚਾਹੁੰਦੇ ਨੇ। ਹੁਣ ਸਾਡੇ ਨਾਲ ਸਰਦਾਰ ਸਤੋਖ ਸਿੰਘ ਜੀ ਸ਼ਾਮਪੁਰੇ ਦੇ ਨਾਲ ਸਾਡੇ ਨਾਲ ਨੇ, ਇਹਨਾਂ ਨਾਲ ਆਪਾਂ ਗੱਲਬਾਤ ਕਰਦੇ ਹਾਂ ਕਿ ਜੇ ਨਾੜ ਨੂੰ ਅੱਗ ਲਾਉਣੀ ਆ ਕੀ ਇਹ ਚੰਗੀ ਗੱਲ ਆ? ਨਾੜ ਆ ਜਿਹੜਾ ਕਣਕ ਦਾ, ਇਹਨੂੰ ਅੱਗ ਲਾਉਣ ਨਾਲ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਕਿਸਾਨਾਂ ਦਾ, ਜ਼ਮੀਨ ਦਾ, ਅਤੇ ਲੋਕ ਫਿਰ ਵੀ ਜਿਹੜੀ ਇਸ ਗੱਲ ਤੋਂ ਬਾਜ਼ ਨਹੀਂ ਆਉਂਦੇ। ਐਵੇਂ ਥੋੜ੍ਹਾ ਜਿਹਾ ਥਾਂ ਨੂੰ ਪਨੀਰੀ ਵਾਲੇ ਨੂੰ ਤਿਆਰ ਕਰਨ ਵਾਸਤੇ ਉੱਥੇ ਅੱਗ ਲਾਉਂਦੇ ਜਿਹੜੀ ਬੇਕਾਬੂ ਹੋ ਕੇ ਸਾਰੇ ਇਲਾਕੇ ਨੂੰ ਸਾੜ ਦਿੰਦੀ ਹੈ, ਅਤੇ ਉਹਦੇ ਨਾਲ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਅਤੇ ਸਰਕਾਰ ਇਸ ਪੱਖੋਂ ਬੜੀ ਕਮਜ਼ੋਰ ਆ, ਕੋਈ ਸਖਤ ਕਾਰਵਾਈ ਨਹੀਂ ਕਰਦੀ। ਜੇ ਇੱਕ ਦੋ ਜਣਿਆਂ ਨੂੰ ਸਜ਼ਾ ਮਿਲੀ ਹੋਏ, ਕਿਸੇ ਦੇ ਪਰਚਾ ਹੋਇਆ ਹੈ, ਠੋਕ ਕੇ ਕਿਸੇ ਨੂੰ ਪੁੱਛਿਆ ਜਾਏ, ਤਾਂ ਫਿਰ ਲੋਕ ਨਹੀਂ ਲਾਉਣਗੇ। ਲੋਕ ਜਾਣ ਬੁੱਝ ਕੇ ਵੀ ਕਈ ਲਾ ਦਿੰਦੇ, ਕਈ ਸ਼ਰਾਰਤੀ ਅੰਸਰ ਹੈ, ਉਹ ਵੀ ਵੇਖੋ ਵੇਖੀ ਜੇ ਕਿਸੇ ਦੀ ਤੂੜੀ ਨੂੰ ਚੋਣ ਵਾਲਿਆਂ ਦੀ ਬਣ ਵਾਲੀ ਤਾਂ ਉਹ ਵੀ ਹਨੇਰੇ ਸਾਰੇ ਅੱਗ ਲਾ ਜਾਂਦੇ ਆ, ਜਿਹਦੇ ਨਾਲ ਨੁਕਸਾਨ ਚੰਗੇ ਭਲੇ ਬੰਦਿਆਂ ਦਾ ਹੋ ਜਾਂਦਾ। ਅਤੇ ਮੈਂ ਤਾਂ ਇਹੋ ਹੀ ਕਹਾਂਗਾ ਕਿ ਅੱਗ ਲਾਉਣਾ ਬਹੁਤ ਮਾੜੀ ਗੱਲ ਆ, ਜ਼ਮੀਨ ਦੀ ਉਪਜਾਊ ਸ਼ਕਤੀ ਖਤਮ ਹੋ ਜਾਂਦੀ ਹੈ, ਕਿ ਨਹੀਂ ਲਾਉਣੀ ਚਾਹੀਦੀ। ਕੀ ਹੋਣਾ ਚਾਹੀਦਾ? ਕੰਟਰੋਲ ਹੋਣਾ ਚਾਹੀਦਾ, ਆਖਣਾ ਚਾਹੀਦਾ ਵੀ ਨਾ ਰੱਖ ਲਓ, ਬਹੁਤੇ ਬੰਦੇ ਮੁਲਾਜ਼ਮਾਂ ਨੂੰ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ। ਠੀਕ, ਮੈਂ ਦੱਸਣਾ ਕੀ ਉਹਦੇ 'ਤੇ ਸਾਡੀ ਲੱਗਦੀ ਨਹੀਂ, ਜਿੱਦਾਂ ਲਾਈ ਹੈ ਪਰਾਲੀ ਨੂੰ ਵੀ ਨਾ ਲਾਈ, ਹਾਂਜੀ ਪਰਾਲੀ ਨੂੰ ਵੀ ਨਾ ਲਾਈ, ਸਾਡੀ ਪੈਲੀਆਂ ਨਹੀਂ ਵਗਦੀਆਂ, ਅੱਗੋਂ ਬੀਜੀਆਂ ਨਹੀਂ ਜਾਂਦੀਆਂ, ਕਦੀ ਕਦੀ ਐਵੇਂ ਸਾਰਾ ਪੱਤੇ ਝੋਲੀ ਜਾਂਦੇ ਆ। ਨਹੀਂ, ਇਹ ਬਿਲਕੁਲ ਗਲਤ ਗੱਲ ਹੈ ਜੀ, ਨਹੀਂ ਲਾਉਣੀ ਚਾਹੀਦੀ, ਕਿਉਂਕਿ ਇਹਦਾ ਬਹੁਤ ਨੁਕਸਾਨ ਆ। ਇੱਕ ਤਾਂ ਸਾਡਾ ਵਾਤਾਵਰਨ ਖਰਾਬ ਹੁੰਦਾ, ਦੂਸ਼ਿਤ ਹੁੰਦਾ ਵਾ, ਬਾਕੀ ਜੀਵ ਜੰਤੂ ਜਿਹੜੇ ਕਿ ਸਾਡੇ ਫਸਲ ਦੇ ਸਾਡੇ ਮਿੱਤਰ ਕੀੜੇ ਆ, ਉਹ ਵੀ ਮਰਦੇ ਆ ਜੀ। ਹੁਣ ਜਿਹੜੇ ਫਸਲਾਂ ਨੂੰ ਬਿਮਾਰੀਆਂ ਲੱਗਦੀਆਂ, ਉੱਲੀ ਲੱਗ ਗਈ, ਜੇ ਉਹ ਲੱਗਦੀ, ਉਹ ਕਾਰਨ ਤਾਂ ਅੱਗ ਆ ਨਾ ਜੀ, ਨਹੀਂ ਲਾਉਣੀ ਚਾਹੀਦੀ। ਪਰ ਥੋੜ੍ਹਾ ਜਿਹਾ ਸਰਕਾਰ ਨੂੰ ਵੀ, ਕਿਉਂਕਿ ਜ਼ਿਮੀਂਦਾਰ ਦੀ ਮਜਬੂਰੀ ਹੁੰਦੀ ਆ ਜੀ, ਅਤੇ ਜਦੋਂ ਆਪਾਂ ਕਦੂ ਕਰਨਾ ਜਾਂ ਕਿਸ ਤਰ੍ਹਾਂ ਜਿਹੜਾ ਨਾੜ ਇਹ ਗਲਦਾ ਨਹੀਂ ਆ, ਕਿਸ ਤਰ੍ਹਾਂ ਨਹੀਂ ਜਾਂ ਕਿਸ ਤਰ੍ਹਾਂ, ਉਹ ਪ੍ਰੋਬਲਮ ਆਉਂਦੀ ਆ ਜੀ, ਉਹ ਸਿਉਂਕ ਦੀ ਪ੍ਰੋਬਲਮ ਹੁੰਦੀ ਆ। ਮਤਲਬ ਕਿ ਇਹਦਾ ਕੋਈ ਗੌਰਮੈਂਟ ਨੇ ਵੀ, ਸਰਕਾਰ ਵੀ ਥੋੜ੍ਹਾ ਜਿਹਾ ਹੈਲਪ ਕਰੇ ਨਾ ਜੀ, ਖੇਤੀਬਾੜੀ ਮਹਿਕਮਾ ਹੈਲਪ ਕਰੇ, ਅਤੇ ਇਹਦਾ ਕੋਈ ਹੱਲ ਹੋ ਸਕਦਾ। ਬਾਕੀ ਨਜਾਇਜ਼ ਵਾਲੀ ਗਲਤ ਗੱਲ ਆ, ਇੱਥੇ ਸਾਰੇ ਜਗ ਸਰਜੇ ਜਗ ਪਿੰਡ ਆ, ਉੱਥੇ ਨੁਕਸਾਨ ਆਇਆ, ਕੁਛ ਆਪਣਾ ਮੌਤ ਹੋਈ ਆ ਜੀ, ਉਹ ਧੂੰਆਂ ਅੱਗ ਲੱਗੀ ਸੀ ਅਤੇ ਧੂੰਏ ਦੇ ਵਿੱਚ ਤਾਂ ਨੁਕਸਾਨ ਵੀ ਹੋਇਆ ਜੀ, ਔਰ ਬਹੁਤ ਨੁਕਸਾਨ ਆ, ਨਹੀਂ ਲਾਉਣੀ ਚਾਹੀਦੀ। ਨਹੀਂ, ਸਰਕਾਰ ਦੀ ਗੱਲ ਜੀ, ਸਰਕਾਰ ਜਿਹੜੀ ਉਹ ਆਪਣੇ ਬਥੇਰੇ ਸੰਦ ਦੇ ਰਹੀ ਆ ਸਬਸਿਡੀ ਉੱਤੇ, ਸੰਦ ਦਿੱਤੇ ਵੀ ਆ, ਅਤੇ ਹੋਰ ਵੀ ਸਰਕਾਰ ਸਬਸਿਡੀਆਂ ਦੇ ਰਹੀ ਆ, ਉਸ ਬਾਰੇ ਕੀ ਕਹਿਣਾ ਚਾਹੁੰਦੇ? ਪਰ ਸਾਨੂੰ ਨਾ ਗਰਾਊਂਡ ਲੈਵਲ 'ਤੇ ਸਾਨੂੰ ਜਿਹੜੀ ਸਬਸਿਡੀ ਸਰਕਾਰ ਜੋ ਸਹੂਲਤਾਂ ਦਿੰਦੀ ਆ, ਗਰਾਊਂਡ ਲੈਵਲ 'ਤੇ ਲੱਭਦੀਆਂ ਨਹੀਂ ਹੈਗੀਆਂ। ਹੁਣ ਸਾਡੇ ਏਰੀਏ 'ਚ ਤੁਸੀਂ ਵੇਖੋ ਵੀ ਸਾਡੇ, ਮੈਂ ਤਾਂ ਆਪਣੇ 5-10 ਪਿੰਡਾਂ ਦੇ ਵਿੱਚ ਕਿਤੇ ਵੀ ਨਹੀਂ ਉਹ ਵੇਖਿਆ ਵੀ ਸਰਕਾਰ ਜੋ ਕੋਈ ਸਪੋਰਟ ਕਰਦੀ ਹੈ ਵੀ ਸਾਡਾ ਕੋਈ ਚੀਜ਼ ਪਹੁੰਚੀ ਹੋਵੇ, ਕਿਉਂਕਿ ਇੱਥੋਂ ਤੱਕ ਪਤਾ ਵੀ ਨਹੀਂ ਆ ਵੀ ਮਤਲਬ ਕਿ ਉਹ ਸਾਡੇ ਕੋਲੋਂ ਚੀਜ਼, ਮਤਲਬ ਕਿ ਵੀ ਕਿਹੜੀ ਆ, ਗੌਰਮੈਂਟ ਕੀ ਫੈਸਿਲਿਟੀ ਦਿੰਦੀ ਆ, ਉਹ ਸਭ ਤੋਂ ਪਤਾ ਵੀ ਨਹੀਂ ਆ ਜੀ। ਨਹੀਂ, ਗਰਾਊਂਡ ਲੈਵਲ 'ਤੇ ਉਹ ਜੀਰੋ ਆ ਜੀ, ਉਹ ਨਹੀਂ ਚੀਜ਼ਾਂ, ਗੌਰਮੈਂਟ ਜੋ ਕਰਦੀ ਆ ਉਹ ਥੱਲੇ ਨਹੀਂ ਪਹੁੰਚਦਾ ਹੈਗਾ ਲੋਕਾਂ ਤੱਕ, ਨਾ ਜਾਗਰੂਕ ਜ਼ਿਮੀਂਦਾਰ ਨੂੰ ਕੀਤਾ ਜਾਂਦਾ, ਅਤੇ ਉਹ ਫੈਸਿਲਿਟੀ ਜਿਹੜੀ ਉਹ ਲੋਕਾਂ ਤੱਕ ਸਹੀ ਤਰੀਕੇ ਨਾਲ ਪਹੁੰਚ ਨਹੀਂ ਰਹੀ। ਕੈਮਰਾਮੈਨ ਕਾਸ਼ ਮਾਲਾ, ਹਰਜਿੰਦਰ ਪੁੱਲਰ, ਨਿਊ ਇੰਡੀਆ, ਨਿਊਜ਼ 10, ਡੇਰਾ ਬਾਬਾ ਨਾਨਕ।